ਲੱਡੂ ਖਾਓ ਭਾਜੀ, ਲੱਡੂ ਖਾਓ, ਮੁਬਾਰਕਾਂ ਜੀ। ਪੰਜਾਬ ਸਰਕਾਰ ਜਿੰਦਾਬਾਦ, ਪੰਜਾਬ ਸਰਕਾਰ ਜਿੰਦਾਬਾਦ, ਬਿਜਲੀ ਮਹਿਕਮਾ ਜਿੰਦਾਬਾਦ, ਪੰਜਾਬ ਸਰਕਾਰ ਜਿੰਦਾਬਾਦ, ਮਾਲ ਕਰਤੀ ਖਰਾਬ ਜਿੰਦਾਬਾਦ। ਕੀ ਕਹਿ ਰਹੇ ਸੀ ਭਾਜੀ? ਪੰਜਾਬ ਸਰਕਾਰ ਜਿੰਦਾਬਾਦ, ਹੋਰ ਕੀ ਸੀ ਕਹਿ ਰਹੇ ਹਾਂ? ਸੁਣਿਆ ਨੀ? ਸਾਲੀ ਗੰਦੀ ਸਰਕਾਰ, ਨਾ ਬਿਜਲੀ ਨਾ ਵਪਾਰ। ਓ ਨੋ, ਇਸ ਗੱਲ ਤੇ ਭਾਜੀ ਤੁਸੀਂ ਪੰਜਾਬ ਸਰਕਾਰ ਜਿੰਦਾਬਾਦ ਕਹਿ ਰਹੇ ਹੋ? ਉਹ ਜਿਹੜੇ ਕਿਸਾਨ ਵਿਚਾਰੇ ਰੋਜ਼ ਗੜ ਚ ਫਾਹਾ ਪਾ ਕੇ ਆਤਮ ਹੱਤਿਆ ਕਰ ਰਹੇ ਆ, ਉਹਨਾਂ ਲਈ ਪੰਜਾਬ ਸਰਕਾਰ ਜਿੰਦਾਬਾਦ? ਸਾਲੀ ਗੰਦੀ ਸਰਕਾਰ, ਨਾ ਬਿਜਲੀ ਨਾ ਵਪਾਰ। ਓਏ ਤੁਸੀਂ ਬਿਜਲੀ ਦਾ ਰੇਟ ਵੇਖੋ, ਐਡੀ ਮਹਿੰਗੀ ਬਿਜਲੀ ਪੰਜਾਬ ਚ ਵਿਕ ਰਹੀ ਹੈ, ਇਸ ਗੱਲ ਕਰਕੇ ਪੰਜਾਬ ਸਰਕਾਰ ਜਿੰਦਾਬਾਦ ਕਹਿ ਰਹੇ ਹੋ? ਸਾਲੀ ਗੰਦੀ ਸਰਕਾਰ, ਨਾ ਬਿਜਲੀ ਨਾ ਵਪਾਰ। ਓਏ ਮੈਂ ਆਪ ਬੇਰੁਜ਼ਗਾਰ ਹਾਂ, ਮੈਨੂੰ ਇੰਨੀ ਦੇਰ ਹੋ ਗਈ ਡਿਗਰੀ ਲੈ ਕੇ ਆ ਸਾਈਕਲ ਤੇ ਘੁੰਮਦਾ ਪਿਆ, ਅਜੇ ਤੱਕ ਰੁਜ਼ਗਾਰ ਨਹੀਂ ਮਿਲਿਆ, ਮੈਂ ਕੋਸ਼ਿਸ਼ ਕੀਤੀ ਸੁਸਾਈਡ ਕਰਨ ਦਾ, ਮੈਂ ਤਾਰੋਂ ਵੀ ਹੱਥ ਪਾ ਲਿਆ। ਸਾਲੀ ਗੰਦੀ ਸਰਕਾਰ, ਬਿਜਲੀ ਹੈਣੀ ਸੀ, ਮੈਂ ਸੁਸਾਈਡ ਕਰਨ ਤੋਂ ਵੀ ਗਿਆ। ਉਹ ਕਿਹੜੀ ਗੱਲ ਤੋਂ ਪੰਜਾਬ ਸਰਕਾਰ ਜਿੰਦਾਬਾਦ ਕਰ ਰਹੇ, ਮੈਨੂੰ ਵੀ ਦੱਸੋ। ਮੈਂ ਦੱਸਦਾ, ਜੋ ਅੱਜ ਤੁਸੀਂ ਕਿਹਾ ਉਹ ਬਿਲਕੁਲ ਸਹੀ ਹੈ, ਬਿਜਲੀ ਹੈ ਨੀ। ਤੁਹਾਨੂੰ ਪਤਾ ਸੀ ਕਿਉਂ ਜਿੰਦਾਬਾਦ ਕਰ ਰਹੇ? ਮੈਂ ਦੱਸਦਾ, ਅਸਲ ਚ ਅਸੀਂ ਸਾਰੇ ਹੈਗੇ ਆ ਜਨਰੇਟਰ ਵਾਲੇ, ਅਸੀਂ ਜਨਰੇਟਰ ਬਣਾਉਂਦੇ ਹਾਂ ਸਾਡੀ ਫੈਕਟਰੀ ਮੈਨੂਫੈਕਚਰਿੰਗ ਦੀ। ਸਰਕਾਰ ਬਿਜਲੀ ਨਹੀਂ ਦਿੰਦੀ, ਲੋਕ ਜਨਰੇਟਰ ਲਵਾਉਂਦੇ ਨੇ। ਹੁਣ ਤਾਂ ਇਹ ਹਾਲਾਤ ਨੇ, ਲੋਕਾਂ ਨੇ ਘਰਾਂ ਚ ਮੀਟਰ ਲਵਾਉਣੇ ਬੰਦ ਕਰਤੇ, ਕਹਿੰਦੇ ਸਿੱਧੇ ਜਨਰੇਟਰ ਲਵਾ ਲਓ, ਲਾਈਟ ਤਾਂ ਆਉਂਦੀ ਨਹੀਂ। ਸਾਡਾ ਤਾਂ ਭਾਜੀ ਇੰਨਾ ਕੰਮ ਹੈ, ਪੰਜ ਸਾਲ ਦੀ ਬੁਕਿੰਗ ਚੱਲਦੀ, ਅਸੀਂ ਕਿਉਂ ਨਾ ਕਹੀਏ ਜਿੰਦਾਬਾਦ? ਸਾਡੇ ਲਈ ਤਾਂ ਪੰਜਾਬ ਸਰਕਾਰ ਜਿੰਦਾਬਾਦ। ਨਾਲੇ ਤੁਸੀਂ ਬੇਰੁਜ਼ਗਾਰ ਹੋ, ਸਾਡੇ ਕੋਲ ਤਾਂ ਹੁਣ ਕੰਮ ਹੀ ਇੰਨਾ ਜ਼ਿਆਦਾ ਹੋ ਚੁੱਕਾ ਜਨਰੇਟਰ ਵਾਲਿਆਂ ਕੋਲ ਪੰਜਾਬ ਚ, ਸਾਡੇ ਕੋਲ ਆਓ। ਤੁਸੀਂ ਆਹ ਦੇਖੋ, ਸਾਡਾ ਮੁੰਡਾ ਮਕੈਨਿਕ, ਕਿੰਨੂੰ ਵੀ ਤਾਂ ਸੋਨਾ ਬਾਈ ਫਿਰਦਾ ਇਹ, ਆਓ ਮਕੈਨਿਕ ਬਣਾਵਾਂਗੇ, ਸਾਡੇ ਨਾਲ ਜੁੜੋ। ਬਸ ਇਹ ਗੱਲ ਆ, ਮੈਨੂੰ ਵੀ ਲੱਡੂ ਖਾਓ। ਲਓ ਜੀ, ਰੋ ਲੱਡੂ ਖਾਓ। ਪੰਜਾਬ ਸਰਕਾਰ ਜਿੰਦਾਬਾਦ।